ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਸੰਗਤ ਜੀ ਇਸ ਸਮੇਂ ਖੜੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਚਵਾਰਾ ਸਾਹਿਬ ਮਾਛੀਬੜਾ ਮਾਛੀਬੜਾ ਦੇ ਵਿੱਚ ਗੁਰੂ ਸਾਹਿਬ ਆਉਂਦੇ ਹਨ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਵੱਡੇ ਸਾਹਿਬਜਾ ਦੇ ਸ਼ਹੀਦ ਹੋ ਜਾਂਦੇ ਹਨ ਨਵਾਲੇ ਸਿੰਘ ਉਹ ਵੀ ਸ਼ਹੀਦ ਹੋ ਜਾਂਦੇ ਹਨ ਬਾਕੀ ਤਿੰਨ ਸਿੰਘ ਬਜਦੇ ਹਨ ਭਾਈ ਮਾਨ ਸਿੰਘ ਜੀ ਭਾਈ ਦਇਆ ਸਿੰਘ ਜੀ ਤੇ ਇੱਕ ਹੋਰ ਸਿੰਘ ਤੇ ਉਹ ਸਿੰਘ ਜਿਹੜੇ ਮਤਲਬ ਉਹ ਪਿੱਛੇ ਬਾਅਦ ਚੋਂਦੇ ਹਨ ਤੇ ਗੁਰੂ ਸਾਹਿਬ ਆ ਕੇ ਮਾਸੀਵਾੜੇ ਦੇ ਜੰਗਲ ਦੇ ਵਿੱਚ ਜਿਹੜਾ ਗੁਲਾਬੇ ਦਾ ਤੇ ਪੰਜਾਬੇ ਦਾ ਇੱਕ ਬਾਗ ਹੁੰਦਾ ਹੈ ਉਹਦੇ ਵਿੱਚ ਆ ਕੇ ਠਹਿਰਦੇ ਹਨ ਜਿਹੜਾ ਟਿੰਡ ਦਾ ਸਰਾਣਾ ਲਾ ਕੇ ਉੱਥੇ ਸੌਂਦੇ ਹਨ ਤੇ ਗੁਰੂ ਮਹਾਰਾਜ ਸੁੱਤੇ ਹੁੰਦੇ ਹਨ ਤਾਂ ਉੱਥੇ ਜਿਹੜਾ ਉਸ ਦਾ ਬਾਗ ਦਾ ਨੌਕਰ ਹੈ ਗੁਲਾਬੇ ਤੇ ਪੰਜਾਬੇ ਦਾ ਉਹ ਗੁਰੂ ਸਾਹਿਬ ਦੇ ਦੀ ਜਿਹੜੇ ਮਤਲਬ ਘਰੇ ਆ ਕੇ ਦੱਸਦਾ ਹੈ ਕਿ ਉੱਥੇ ਆਪਣੇ ਬਾਗ ਦੇ ਵਿੱਚ ਕੋਈ ਸੁੱਤਾ ਪਿਆ ਹੈ ਆਪਣੇ ਖੂਦ ਦੇ ਕੋਲ ਤਾਂ ਇੱਥੋਂ ਗੁਲਾਬਾ ਤੇ ਪੰਜਾਬਾ ਜਦੋਂ ਬਾਗ ਦੇ ਵਿੱਚ ਜਾਂਦੇ ਹਨ ਤਾਂ ਉਹ ਦੇਖਦੇ ਹਨ ਕਿ ਇਹ ਤਾਂ ਗੁਰੂ ਸਾਹਿਬ ਹਨ ਤਾਂ ਕਿ ਉਹ ਜਾਣਦੇ ਸਨ ਤੇ ਉਹ ਗੁਰੂ ਸਾਹਿਬ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਆਉਂਦੇ ਹਨ ਤੇ ਇਸ ਸਥਾਨ ਦੇ ਉੱਪਰ ਤੁਹਾਨੂੰ ਦਿਖਾਉਣੀ ਜਿੱਥੇ ਉਹਨੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਇੱਥੇ ਚਵਾਰਾ ਹੋਇਆ ਕਰਦਾ ਸੀਗੇ ਜੀ ਉਹਨਾਂ ਦਾ ਚਵਾਰੇ ਦੇ ਵਿੱਚ ਗੁਰੂ ਸਾਹਿਬ ਨੂੰ ਜਿਹੜਾ ਆਰਾਮ ਫਰਮਾਇਆ ਇੱਥੇ ਜਿਹੜਾ ਇੱਕ ਰਾਤ ਤਾਂ ਗੁਰੂ ਸਾਹਿਬ ਨੇ ਜਿਹੜਾ ਬਾਗ ਦੇ ਵਿੱਚ ਕੱਟੀ ਸੀ ਔਰ ਦੂਸਰੀ ਰਾਤ ਜਿਹੜੀ ਇਹਨਾਂ ਦੇ ਘਰ ਆ ਕੇ ਚਵਾਰੇ ਦੇ ਵਿੱਚ ਰਹੇ ਸੀਗੇ ਜੀ ਤੇ ਉਸ ਤੋਂ ਬਾਅਦ ਫਿਰ ਗਣੀਖਾਂ ਤੇ ਨਵੀਖਾਂ ਜੋ ਦੋ ਭਰਾ ਸਨ ਜੋ ਘੋੜਿਆਂ ਦੇ ਵਪਾਰੀ ਸਨ ਜੀ ਤੇ ਉਹ ਗੁਰੂ ਸਾਹਿਬ ਨੂੰ ਕਾਬਲ ਖੰਧਾਰ ਤੋਂ ਘੋੜੇ ਲਿਆ ਕੇ ਦਿਆ ਕਰਦੇ ਸਨ ਜੀ ਆਓ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਕਰੋ ਫਿਰ ਤੁਹਾਨੂੰ ਇਤਿਹਾਸ ਤੋਂ ਜਾਣੂ ਕਰਾਵਾਂਗੇ ਜੀ ਮੁਕਾਬਲ ਕੰਧਾਰ ਤੋਂ ਘੋੜੇ ਲਿਆ ਕਰਕੇ ਦਿਆ ਕਰਦੇ ਸਨ ਤੇ ਉਹਨਾਂ ਨੂੰ ਪਤਾ ਲੱਗਦਾ ਕਿ ਗੁਰੂ ਸਾਹਿਬ ਗਲਾਬੇ ਔਰ ਪੰਜਾਬੇ ਦੇ ਘਰ ਆਏ ਹੋਏ ਹਨ ਗੁਰੂ ਸਾਹਿਬ ਦੇ ਕੋਲ ਉਹ ਮਿਲਣ ਦੇ ਹੀ ਆਉਂਦੇ ਹਨ ਤਾਂ ਇੱਥੇ ਆ ਕੇ ਗੁਰੂ ਸਾਹਿਬ ਨੂੰ ਜਿਹੜਾ ਅਗਲੇ ਜਾਣ ਦਾ ਕਿਤੇ ਇਥੋਂ ਗੁਰੂ ਸਾਹਿਬ ਨੂੰ ਜਿਹੜਾ ਅਗਲੇ ਪਿੰਡ ਲਈ ਤੁਰਨ ਦੇ ਲਈ ਜਿਹੜੀ ਵਿਧੀ ਤਿਆਰ ਹੁੰਦੀ ਹੈ ਤਾਂ ਇੱਥੇ ਇੱਕ ਮਾਤਾ ਸੀ ਹਰਦੇਈ ਹਰਦੇਈ ਮਾਤਾ ਗੁਰੂ ਸਾਹਿਬ ਨੂੰ ਇੱਕ ਸੁੰਦਰ ਪੋਸ਼ਾਕਾ ਜੇ ਮਤਲਬ ਜਿਹੜਾ ਇੱਕ ਵਸਤਰ ਤਿਆਰ ਕੀਤਾ ਹੁੰਦਾ ਲੰਮਾ ਚੋਲਾ ਉਹ ਮਾਤਾ ਨੇ ਤਿਆਰ ਕੀਤਾ ਹੁੰਦਾ ਆਪਣੀ ਸ਼ਰਧਾ ਦੇ ਭਾਵਨਾਵਾਂ ਦੇ ਨਾਲ ਤੇ ਉਹ ਮਾਤਾ ਹਰਦੇਈ ਜੀ ਇੱਥੇ ਹੀ ਗੁਰੂ ਸਾਹਿਬ ਨੂੰ ਭੇਂਟ ਕਰਦੀ ਹਨ ਤੇ ਮਹਾਰਾਜ ਜੀ ਹੁਕਮ ਕਰਦੇ ਹਨ ਕਿ ਇਸ ਨੂੰ ਜਿਹੜਾ ਤੁਸੀਂ ਨੀਲੇ ਰੰਗ ਦਾ ਪੋਸ਼ਾਕਾ ਇਸ ਨੂੰ ਰੰਗ ਦਿਓ ਤੇ ਇਸ ਨੂੰ ਜਿਹੜਾ ਤੁਸੀਂ ਵੀ ਨੀਲਾ ਰੰਗ ਦਵਾ ਕੇ ਫਿਰ ਗਣੀ ਖਾਂ ਤੇ ਨਵੀ ਖਾਂ ਜੋ ਉੱਚ ਦਾ ਪੀਰ ਬਣਾ ਕੇ ਗੁਰੂ ਸਾਹਿਬ ਨੂੰ ਜਿਹੜਾ ਅੱਗੇ ਲੈ ਕੇ ਜਾਂਦੇ ਹਨ ਔਰ ਤੁਹਾਨੂੰ ਜਿਹੜਾ ਇੱਥੇ ਸਥਾਨ ਦੇ ਵਿੱਚ ਰਖਾਉਣੇ ਜਿਹੜਾ ਵਸਤਰ ਜਿਹੜਾ ਨੀਲਾ ਅ ਵਸਤਰ ਜਿਹੜਾ ਚੋਲੇ ਨੂੰ ਰੰਗ ਕੇ ਕੀਤਾ ਸੀਗਾ ਉਹੋ ਜਿਹੜਾ ਮੱਟ ਹੈ ਉਹ ਵੀ ਅੱਜ ਹਜੇ ਤੱਕ ਜਿਹੜਾ ਮਤਲਬ ਸੰਭਾਲ ਕੇ ਰੱਖਿਆ ਹੋਇਆ ਜੀ ਇਹ ਜਿਹੜਾ ਲਲਾਰੀ ਸੀਗੀ ਜੋ ਪਾਕਿਸਤਾਨ ਦੀ ਵੰਡ ਹੋ ਜਾਂਦੀ ਹੈ ਜੀ ਤੇ ਉਦੋਂ ਤੱਕ ਉਹਨਾਂ ਨੇ ਸੰਭਾਲ ਕੇ ਰੱਖਿਆ ਸੀਗਾ ਇਸ ਕਮਰੇ ਦੇ ਵਿੱਚ ਮਤਲਬ ਇੱਥੇ ਜਿਹੜਾ ਲਲਾਰੀ ਦਾ ਘਰ ਸੀਗਾ ਉਸ ਕਮਰੇ ਦੇ ਵਿੱਚ ਉਹ ਜਿਹੜੇ ਜਾਂਦੇ ਸੀਗੇ ਉਹ ਦੱਸ ਕੇ ਗਏ ਸੀ ਕਿ ਵੀ ਇਹ ਜੋ ਸਥਾਨ ਦੇ ਵਿੱਚ ਜਿਹੜਾ ਮੱਟ ਪਿਆ ਹੈ ਤਾਂ ਕਿ ਇਹ ਗੁਰੂ ਸਾਹਿਬ ਦੇ ਨਿਸ਼ਾਨੀ ਹੈ ਇਹ ਉਸ ਤੋਂ ਬਾਅਦ ਇਸ ਸਿੱਖ ਪੰਥ ਕੋਲੇ ਆਉਂਦਾ ਹੈ ਜੋ ਕਮੇਟੀਆਂ ਸੰਭਾਲ ਕੇ ਰੱਖਦੀਆਂ ਹਨ ਜੀ ਅੱਜ ਇਸ ਨੂੰ ਜਿਹੜਾ ਇਸ ਸ਼ੀਸ਼ੇ ਦੇ ਵਿੱਚ ਰੱਖਿਆ ਤਾਂ ਕਿ ਸੰਗਤਾਂ ਇਸ ਨੂੰ ਜਿਹੜਾ ਵਿਛੜ ਕੇ ਤਰੇੜਾ ਵਗੈਰਾ ਪਹਿਲਾਂ ਪੈ ਚੁੱਕੇ ਹੁਣ ਇਸ ਦੀ ਥੋੜੀ ਰਿਪੇਅਰ ਕਰਵਾ ਕੇ ਇੱਥੇ ਰੱਖਿਆ ਹੋਇਆ ਹੈ ਜੀ ਇਸ ਤੋਂ ਬਾਅਦ ਗਣੀ ਖਾਂ ਤੇ ਨਵੀ ਖਾਂ ਜਿਹੜਾ ਉੱਚ ਦਾ ਪੀਰ ਬਣਾ ਕੇ ਗੁਰੂ ਸਾਹਿਬ ਨੂੰ ਜਿਹੜਾ ਲੈ ਕੇ ਜਾਂਦੇ ਹਨ ਜੀ ਇਸ ਜਗ੍ਹਾ ਤੋਂ ਤੇ ਉਹ ਅਗਲੇ ਦਾ ਜਿਹੜਾ ਆਪਣਾ ਵੀਡੀਓ ਹੈ ਉਸ ਦੇ ਵਿੱਚ ਦੱਸਾਂਗੇ ਇੱਥੇ ਜਿਹੜਾ ਗੁਰੂ ਸਾਹਿਬ ਦਾ ਜਿਹੜਾ ਇਹ ਗੁਰਦੁਆਰਾ ਚਵਾਰਾ ਸਾਹਿਬ ਹੈ ਤੇ ਇਸ ਦਾ ਇਹ ਇਤਿਹਾਸਾ ਵੀ ਗੁਰੂ ਸਾਹਿਬ ਇਸ ਥਾਂ ਤੇ ਗਣੀਖਾਂ ਸੌਰੀ ਗਲਾਬਾ ਤੇ ਪੰਜਾਬੇ ਦਾ ਇਹ ਘਰ ਸੀਗਾ ਜੀ ਤੇ ਇਸ ਸਥਾਨ ਦੇ ਉੱਪਰ ਜਿਹੜਾ ਅੱਜ ਗੁਰਦੁਆਰਾ ਸਾਹਿਬ ਸਜੋਬਤ ਹੈਗਾ ਜੀ ਇਹ ਤਰੇ ਤੇ ਇੱਥੇ ਜਿਹੜਾ ਚਵਾਰੇ ਗੁਜ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਰਾਮ ਫਰਮਾਇਆ ਸੀਗਾ ਜੀ ਇਸ ਤੋਂ ਅੱਗੇ ਜਿਹੜਾ ਗਣੀਖਾਂ ਤੇ ਨੰਬੀਖਾਂ ਉੱਚ ਦਾ ਪੀਰ ਬਣਾ ਕੇ ਲੈ ਕੇ ਗਏ ਸਨ ਜੀ ਤੇ ਇਹੇ ਸਥਾਨ ਤੇ ਤੁਹਾਨੂੰ ਦਰਸ਼ਨ ਕਰਾਉਨੇ ਹਾਂ ਜੀ ਇਹੇ ਜਿਹੜਾ ਮਤਲਬ ਸਥਾਨ ਹੈ ਜੀ ਇਹ ਜਿਹੜਾ ਚਰਨ ਮੁਕੰਮਲ ਗੁਰਦੁਆਰਾ ਸਾਹਿਬ ਜਿੱਥੇ ਖੂਹ ਬਣਿਆ ਹੋਇਆ ਹੈ ਗੁਰਦਿਆਂ ਟਿੰਡਾਂ ਜਾਂ ਸਾਰਾ ਸਿਸਟਮ ਉੱਥੇ ਹੈਗਾ ਜੀ ਉਸ ਜਗ੍ਹਾ ਤੋਂ ਕੋਈ ਕਿਲੋਕਮੀਟਰ ਦੂਰ ਸਾਹਮਣੇ ਸੜਕ ਦੇ ਉੱਪਰ ਹੈਗਾ ਜੀ ਔਰ ਬਿਲਕੁਲ ਬਾਜ਼ਾਰ ਦੇ ਵਿੱਚ ਇਹ ਗੁਰੂ ਘਰ ਹੈਗਾ ਜੀ ਤੇ ਇੰਨੀ ਕੁ ਇਹਦੀ ਬਾਉਂਡਰੀ ਹੈਗੀ ਜੀ ਔਰ ਵੀਡੀਓ ਉੱਪਰ ਤੱਕ ਨਹੀਂ ਸਹੀ ਦਿਖਦੀ ਤਾਂ ਕਿ ਜਗਾ ਭੀੜੀ ਹੈ ਤੇ ਇਹ ਤੁਹਾਨੂੰ ਦਰਸ਼ਨ ਕਰਾਏ ਜੀ ਇਹ ਗੁਰਦੁਆਰਾ ਚਵਾਰਾ ਸਾਹਿਬ ਦੇ ਤੇ ਇਸੇ ਤਰੀਕੇ ਦੇ ਨਾਲ ਆਪਾਂ ਰੋਡ ਤੇ ਤੁਰੇ ਹੋਏ ਆਂ ਗੁਰੂ ਗੋਬਿੰਦ ਸਿੰਘ ਜੀ ਜੀਵਨ ਮਾਰਗ ਦੇ ਉੱਪਰ ਜਨਮ ਤੋਂ ਲੈ ਸੌਰੀ ਪ੍ਰਕਾਸ਼ ਤੋਂ ਲੈ ਕੇ ਜੋ ਮਹਾਰਾਜ ਦਾ ਜੋਤੀ ਜੋਤ ਤੱਕ ਜਿਹੜਾ ਸਫਰ ਹੈ ਉਸ ਤੱਕ ਆਪਾਂ ਜਿਹੜਾ ਸਫਰ ਕਰਨਾ ਹੈ ਉਸੇ ਦੌਰਾਨ ਆਪਾਂ ਤੁਰੇ ਹੋਏ ਆ ਜਿਹੜਾ ਅਜੇ ਇਹ ਮਾਸੀਵਾੜੇ ਵਾਲਾ ਰੋਡ ਤੇ ਆਪਾਂ ਉੱਤੇ ਪਹੁੰਚ ਚੁੱਕੇ ਜੀ ਜੋ ਭਰਾ ਜਾਂ ਸੰਗਤ ਇੱਥੋਂ ਵੀਡੀਓ ਦੇਖਣੀ ਸ਼ੁਰੂ ਕੀਤੀ ਹੈ ਉਹ ਤਾਂ ਉਹਨੂੰ ਦੱਸਿਏ ਕਿ ਇਸ ਚੈਨਲ ਦੇ ਉੱਪਰ ਜਿਹੜੀਆਂ ਕਾਫੀ ਵੀਡੀਓ ਆ ਚੁੱਕੀਆਂ ਗੁਰੂ ਦੇ ਜੀਵਨ ਦੇ ਉੱਪਰ ਤੇ ਯਾਤਰਾ ਦੇ ਦੌਰਾਨ ਜਿਹੜੇ ਬਕੀਤੀਆਂ ਉਹ ਤੁਸੀਂ ਪਿੱਛੇ ਜਾ ਕੇ ਦੇਖ ਸਕਦੇ ਹੋ ਸੁਝਾ ਦੇਣੇ ਨਾ ਭੁੱਲਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ